ਕੱਲ ਨੂੰ ਮੈਂ ਉਸ ਪਿੰਡ ਦੇ ਵਿੱਚ ਜਾਵਾਂਗਾ, ਪਿੰਡ ਦੇ ਲੋਕਾਂ ਦਾ ਹਾਲ ਚਾਲ ਪੁੱਛਾਂਗਾ, ਔਰ ਇਹ ਗੱਲ ਜ਼ਰੂਰ ਹੋ ਗਈ, ਗੱਲ ਕਲੀਅਰ ਸਾਫ ਹੋ ਗਈ ਕਿ ਜਿਹੜਾ ਸਾਡਾ ਇੱਥੋਂ ਦਾ ਇਹ ਕਹਿ ਲਈਏ ਕੈਂਡੀਡੇਟ ਹੰਸਰਾਜ ਜੀ, ਜਿਹੜਾ ਇਹ ਕਹਿੰਦਾ ਸੀ ਮੈਂ ਦਰਵੇਸ਼ ਹਾਂ, ਮੈਂ ਤਾਂ ਸੂਫੀ ਫਕੀਰ ਹਾਂ, ਮੈਂ ਤਾਂ ਫਕੀਰਾਂ ਵਰਗਾ, ਉਹਨੇ ਅੱਜ ਸਿੱਧ ਕਰਤਾ ਕਿ ਮੈਂ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ। ਉਹਨੇ ਉਹ ਵੀਡੀਓ ਆਪਦੀ ਦੇ ਉੱਤੇ ਬਿਲਕੁਲ ਪਹਿਰਾ ਦੇਤਾ, ਜਿਹੜੀ ਵੀਡੀਓ 'ਚ ਇਹ ਕਿਹਾ ਸੀ ਕਿ ਮੈਂ ਤਾਂ ਦੁਬਾਰਾ ਇੱਥੇ ਆਉਣਾ ਨਹੀਂ, ਮੈਂ ਤਾਂ ਇੱਕ ਵਾਰੀ MP ਬਣਨਾ ਸੀ ਬਣ ਗਿਆ, ਆਪਾਂ ਤਾਂ ਜੋ ਕਰਨਾ ਸੀ ਕਰਕੇ ਦਿਖਾਤਾ। ਸੋ ਉਹਦੀ ਜਿਹੜੀ ਉਹਦੀ ਮਾਨਸਿਕਤਾ ਸੀ, ਅੱਜ ਫਿਰ ਦੁਬਾਰਾ ਉਹਦੀ ਮਾਨਸਿਕਤਾ ਕਲੀਅਰ ਹੋ ਗਈ, ਸਪਸ਼ਟ ਹੋ ਗਈ ਕਿ ਲੋਕਾਂ ਦੇ ਜਵਾਬ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਨਿਕਲੇ ਨਹੀਂ ਭੱਜੇ। ਕੱਲ੍ਹ ਜਿਹੜੀ ਚੈਲੇਂਜ ਨੂੰ ਕਬੂਲਿਆ, ਔਰ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ, ਉਹਦੇ ਵਿੱਚ ਅਸੀਂ ਕਿਹਾ ਸਾਰੀ ਪ੍ਰੈਸ ਦੇ ਸਾਹਮਣੇ ਕਿ ਲਾਈਵ ਲੋਕਾਂ ਨੂੰ ਦਿਖਾਵਾਂਗੇ, ਅਸੀਂ ਸਵਾਲ ਪੁੱਛਾਂਗੇ, ਸਾਡੇ ਸਵਾਲਾਂ ਦੇ ਜਵਾਬ ਦੇਣ, ਦੇਵੇ ਪ੍ਰਧਾਨ ਮੰਤਰੀ, ਦੇਵੇ ਗ੍ਰਹਿ ਮੰਤਰੀ, ਦੇਵੇ ਖੇਤੀਬਾੜੀ ਮੰਤਰੀ, ਦੇਵੇ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ, ਉਹ ਸਾਨੂੰ ਇਹਨਾਂ ਸਾਡੇ ਸਵਾਲਾਂ ਦੇ ਜਵਾਬ ਦੇਣ। ਲੇਕਿਨ ਉੱਥੇ ਨਹੀਂ ਆਏ, ਹਿੰਮਤ ਨਹੀਂ ਪਈ। ਸਵਾਲ ਮੇਰਾ ਗੱਲ ਕਰਨ ਦਾ ਭਾਵ ਹੈ ਕਿ ਇਹਨਾਂ ਦੇ ਵਿੱਚ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ। ਹਿੰਮਤ ਤਾਂ ਹੁੰਦੀ ਹੁੰਦੀ ਹੈ ਜੇ ਕੁਛ ਕੀਤਾ ਹੋਵੇ ਤਾਂ। ਪ੍ਰਧਾਨ ਜੀ, ਅੱਜ ਹੰਸਰਾਜ ਹੰਸ ਨੇ ਕਹਿਤਾ ਹੈ ਕਿ ਹੁਣ ਮੈਂ ਕਿਸੇ ਦਬਾਅ 'ਚ ਨਹੀਂ ਆਉਣਾ, ਮੈਂ ਕਿਸੇ ਵੀ ਪਿੰਡ ਦਾ ਕੋਈ ਵੀ ਦੌਰਾ ਰੱਦ ਨਹੀਂ ਕਰਨਾ, ਮੈਂ ਸਾਰੇ ਪਿੰਡਾਂ ਦੇ ਵਿੱਚ ਜਾਊਂਗਾ। ਜੇ ਦੌਰਾ ਕਰਨ ਜਾਣਾ ਹੈ, ਦੌਰੇ ਨੂੰ ਕੋਈ ਨਹੀਂ ਰੋਕਦਾ, ਸਾਡਾ ਉੱਥੇ ਵੀ ਦੌਰਾ ਰੋਕਣ ਦਾ ਕੋਈ ਪਰਪਜ਼ ਨਹੀਂ। ਲੇਕਿਨ ਸਵਾਲ ਹਰੇਕ ਥਾਂ 'ਤੇ ਲੋਕ ਪੁੱਛਣਗੇ, ਸਵਾਲਾਂ ਦੇ ਜਵਾਬ ਜੇ ਨਹੀਂ ਦੇਣੇ ਤਾਂ ਫਿਰ ਹਰੇਕ ਥਾਂ 'ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਹੰਸਰਾਜ ਹੰਸ ਨੇ ਅੱਜ ਆਪਣੇ ਉੱਥੇ ਸੰਬੋਧਨ ਦੇ ਵਿੱਚ ਇੱਕ ਗੱਲ ਕਹੀ ਹੈਗੀ ਹੈ ਕਿ ਜਦੋਂ ਪਹਿਲਾਂ ਕਿਸਾਨ ਮੋਰਚਾ ਲੱਗਿਆ ਸੀ, ਉਦੋਂ ਮੈਂ 5 ਕਿਸਾਨ ਆਗੂਆਂ ਨੂੰ ਆਗੂਆਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਫਿਕਸ ਕਰਾ ਦਿੱਤੀ ਸੀ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸੀ। ਪਰ ਮੀਟਿੰਗ ਦੇ ਟਾਈਮ ਤੋਂ 1 ਘੰਟਾ ਪਹਿਲਾਂ ਇਹਨਾਂ ਕਿਸਾਨ ਆਗੂਆਂ ਨੇ ਫੋਨ ਬੰਦ ਕਰ ਲਏ ਸੀ, ਇਹ ਨਹੀਂ ਚਾਹੁੰਦੇ ਸੀ ਕਿ ਮਸਲਾ ਹੱਲ। ਹੁਣ ਸਵਾਲ ਇਹ ਹੈ, ਇਹ ਬਾਈਪਾਸ ਮੀਟਿੰਗਾਂ ਮੈਨੂੰ ਨਹੀਂ ਪਤਾ ਕਿਹਦੇ ਨਾਲ ਇਹ ਕਰਵਾ ਰਿਹਾ ਸੀ। ਪਹਿਲੀ ਤਾਂ ਗੱਲ ਇਹਦੇ ਕੋਲੋਂ ਨਾਂ ਸਪਸ਼ਟ ਕਰਾਉਣੇ ਚਾਹੀਦੇ ਵੀ ਕੌਣ ਕੌਣ ਬੰਦੀ ਸੀ, ਪਤਾ ਲੱਗੇ ਕਿ ਕਿਹਦੀ ਇਹ ਗੱਲ ਕਰਦਾ ਹੈ। ਸਾਡੇ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਇਹਦੀ। ਦੂਜੀ ਗੱਲ ਹੈ ਕਿ ਅਸੀਂ ਬਾਈਪਾਸ ਮੀਟਿੰਗ ਕਰਦੇ ਹੀ ਨਹੀਂ, ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਨਾਲ ਮੀਟਿੰਗ ਜੇ ਕਰਨੀ ਤਾਂ ਸਰਕਾਰ ਕਰੇ ਨਾ, ਅਥੋਰਾਈਜ਼ ਪਾਵਰ ਸਾਡੇ ਨਾਲ ਮੀਟਿੰਗਾਂ ਕਰਨ, ਜਿਨ੍ਹਾਂ ਨੇ ਸਾਡੇ ਫੈਸਲਾ ਕਰਨਾ, ਬਹਿ ਜੇ ਸਾਡੇ ਵਿੱਚ, ਉਹਦੇ ਪ੍ਰਾਈਮ ਮਿਨਿਸਟਰ ਵੀ ਬਹਿ ਜੇ, ਉਹਦੇ ਵਿੱਚ ਗ੍ਰਹਿ ਮੰਤਰੀ ਵੀ ਬਹਿ ਜੇ, ਕੋਈ ਦਿੱਕਤ ਨਹੀਂ ਸਾਨੂੰ। ਲੇਕਿਨ ਜਦੋਂ ਮੀਟਿੰਗ ਦੇ ਵਿੱਚ ਬਹਿਣ, ਮੀਟਿੰਗ ਦੇ ਵਿੱਚ ਆ ਕੇ ਗੱਲ ਕਰਨ, ਜੇ ਕੋਈ ਇਹ ਸੋਚੇ ਕਿ ਬਾਈਪਾਸ ਮੀਟਿੰਗ ਕਰਵਾ ਕੇ, ਬਾਹਰ ਦੀ ਬਾਹਰ ਬੈਕਡੋਰ ਤੋਂ ਮੀਟਿੰਗਾਂ ਕਰਵਾ ਕੇ ਇਹ ਕਿਸਾਨਾਂ ਦੇ ਅੰਦੋਲਨ ਨੂੰ ਸਮਾਪਤ ਕਰਾਉਣਾ, ਇਹ ਇੱਕ ਤਰ੍ਹਾਂ ਦਾ ਕਿਤੇ ਵੀ ਵਾਜਬ ਨਹੀਂ ਹੁੰਦਾ, ਗੈਰ ਵਾਜਬ ਗੱਲਾਂ ਹੁੰਦੀਆਂ ਨੇ ਅਤੇ ਕੋਈ ਵੀ ਜਥੇਬੰਦੀ ਅਜਿਹਾ ਕਦਮ ਨਹੀਂ ਚੱਕਦੀ ਹੁੰਦੀ। ਅਗਲਾ ਤੁਹਾਡਾ ਪ੍ਰੋਸੈਸ ਕੀ ਹੈ, ਕੋਈ ਮੀਟਿੰਗ ਕਰਨ ਜਾ ਰਹੇ ਹੋ? ਹਾਂ, ਅਸੀਂ ਉਸ ਪਿੰਡ ਦੇ ਵਿੱਚ ਕੱਲ੍ਹ ਨੂੰ ਮੀਟਿੰਗ ਕਰਵਾਵਾਂਗੇ। ਅਸੀਂ ਜਿਹੜੀ ਵੀਡੀਓ ਦੇਖੀ ਹੈ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ, ਸਾਨੂੰ ਇਹ ਲੱਗਿਆ ਕਿ ਸਾਡੀਆਂ ਬੀਬੀਆਂ ਜਿਸ ਹੌਂਸਲੇ ਦੇ ਨਾਲ, ਥੋੜ੍ਹੀ ਗਿਣਤੀ ਸੀ, ਥੋੜ੍ਹੀ ਗਿਣਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਡੱਟ ਕੇ ਮੁਕਾਬਲਾ ਕੀਤਾ, ਔਰ ਬਿਲਕੁਲ ਉਹਨਾਂ ਦੇ ਮਨ ਦੇ ਉੱਤੇ ਕੋਈ ਸ਼ਿਕਵਾ ਨਹੀਂ ਸੀ, ਕੋਈ ਉਹਨਾਂ ਦੇ ਨਿਰਾਸ਼ਤਾ ਨਹੀਂ ਸੀ, ਬੜੇ ਹੌਂਸਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ। ਅਸੀਂ ਉੱਥੇ ਪਿੰਡ ਜਾਵਾਂਗੇ, ਪਿੰਡ ਦੇ ਵਿੱਚ ਕੱਲ੍ਹ ਨੂੰ ਜਾ ਕੇ ਅਸੀਂ ਰੈਲੀ ਕਰਵਾਵਾਂਗੇ।